ਜਾਣਦਿਆਂ ਜਾਣਦਿਆਂ ਇਹ ਦੁਨੀਆ ਦੇ ਹਰ ਮੁਲਕ ਵਿੱਚ ਰੱਬ ਦੇ ਲਈ ਇੱਕ ਸ਼ਬਦ ਹੈ। ਅੰਗਰੇਜ਼ੀ ਵਾਲੇ ਗੋਡ ਕਹਿੰਦੇ ਆ, ਤੁਸੀਂ ਖੁਦਾ ਕਹਿੰਦੇ ਹੋ, ਅਸੀਂ ਰੱਬ ਕਹਿੰਦੇ ਹਾਂ, ਕਿਸੇ ਜਗ੍ਹਾ ਪਰਮਾਤਮਾ, ਈਸ਼ਵਰ, ਪਤਾ ਨਹੀਂ। ਹਾਂਜੀ, ਦੁਨੀਆ ਦੇ ਉੱਤੇ ਹਰ ਜਗ੍ਹਾ ਇਹ ਸ਼ਬਦ ਹੈ। ਅਤੇ ਇੱਕ ਸ਼ਬਦ ਹੋਰ ਹੈ, ਉਹਨੂੰ ਰਿਲੀਜਨ ਕਹਿੰਦੇ ਆ, ਧਰਮ ਕਹਿੰਦੇ ਆ, ਮਜ਼ਹਬ ਕਹਿੰਦੇ ਆ। ਹੈ ਜੀ ਜੀ, ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਹਰ ਆਦਮੀ ਨੂੰ ਧਰਮ ਦਾ ਇਹਤਰਾਮ ਹੁੰਦਾ, ਆਪਣੇ ਆਪਣੇ ਧਰਮ ਦੀ ਬਹੁਤ ਮੰਨਦਾ, ਤੁਸੀਂ ਰਿਲੀਜੀਅਸ ਹੋ ਕਿ ਸਪਿਰਚੁਅਲ ਹੋ, ਯਾਨੀ ਤੁਸੀਂ ਧਾਰਮਿਕ ਹੈਗੇ ਹੋ ਜਾਂ ਤੁਸੀਂ ਜਿਹੜਾ ਹੈਗਾ ਜਿਹੜਾ ਅਧਿਆਤਮਿਕ ਹੋ, ਜਿਹੜਾ ਉਸ ਪਰਮਾਤਮਾ ਦੀਆਂ ਗੈਬੀ ਗੱਲਾਂ ਕਰਨ ਵਾਲੇ? ਮੈਂ ਤਾਂ ਸਮਝਣਾ ਵਾਂ ਕਿ ਜਿਹੜਾ ਅੱਛਾ ਯਹੂਦੀ ਹੈ ਨਾ, ਉਹ ਬਹੁਤ ਅੱਛਾ ਆਦਮੀ ਹੈ। ਜਿਹੜਾ ਅੱਛਾ ਸਿੱਖ ਹੈ ਉਹ ਬੜਾ ਚੰਗਾ ਬੰਦਾ ਹੈ। ਬਹੁਤ ਅੱਛਾ। ਜਿਹੜਾ ਅੱਛਾ ਮੁਸਲਮਾਨ ਹੈ, ਮੁਸਲਮਾਨ ਹੈ ਉਹ ਬੜਾ, ਜਿਹੜਾ ਅੱਛਾ ਇਸਾਈ ਹੈ, ਜਿਹੜਾ ਅੱਛਾ ਹਿੰਦੂ ਹੈ। ਕਿਸੇ ਮਜ਼ਹਬ ਦੇ ਅੰਦਰ ਕਦੀ ਕਿਸੇ ਇਨਸਾਨ ਨੂੰ ਮਾਰਨ ਦੀ ਕੋਈ ਐਸੀ ਨਫ਼ਰਤ ਦੀ ਗੱਲ ਮੈਂ ਨਹੀਂ ਸਮਝਦਾ ਕਿਸੇ ਨੇ ਦਿੱਤੀ ਹੋਵੇ। ਜੇ ਕਿਸੇ ਮਜ਼ਹਬ 'ਚ ਉਹਦੇ ਲੀਡਰ ਨੇ, ਉਹਦੇ ਪੇਸ਼ਵਾ ਨੇ ਕੋਈ ਕੀਤੀ ਹੈ ਤਾਂ ਤੁਸੀਂ ਮੈਨੂੰ ਦਿਖਾਓ। ਵੈਸੇ ਮੈਂ ਅੱਜ ਤੱਕ ਨਹੀਂ ਦੇਖੀ, ਸਾਰੇ ਮਜ਼ਹਬ ਜਿਹੜੇ ਨੇ ਪਿਆਰ ਦਾ, ਅਮਨ ਦੋਸਤੀ ਦਾ, ਮੁਹੱਬਤ ਦਾ। ਤੁਸੀਂ ਦੇਖੋ ਉਹੀ ਸਾਡਾ ਇੰਡੀਆ, ਪਾਕਿਸਤਾਨ ਹੈ, ਕਿੰਨੀਆਂ ਕੌਮਾਂ ਰਹਿ ਰਹੀਆਂ ਸਨ, ਕਦੀ ਕੋਈ ਕਤਲਾਮ, ਕਦੀ ਕੁਛ ਨਹੀਂ ਸੀ ਦੇਖਿਆ। ਜਿਸਲੇ ਸਾਡੀ ਲਾਈਨ ਖਿੱਚੀ ਗਈ ਹੈ, ਲਾਈਨ ਖਿੱਚੀ ਜਾਣ ਤੋਂ ਬਾਅਦ ਉਦੋਂ ਐਸੀ ਇੱਕ ਹਨੇਰੀ ਚੱਲੀ ਹੈ ਜਿਹੜੀ ਪੰਜਾਬੀਆਂ ਨੇ ਨਹੀਂ ਚਲਾਈ, ਲੇਕਿਨ ਸਜ਼ਾ ਹਮੇਸ਼ਾ ਪੰਜਾਬੀ ਭੁਗਤਦੇ ਨੇ, ਅੱਜ ਵੀ ਭੁਗਤ ਰਹੇ ਨੇ। ਵਾਹ ਜ਼ਾਹਿਰ ਸਾਹਿਬ, ਇੱਕ ਗੱਲ ਮੇਰੇ ਮਨ 'ਚ ਆ ਰਹੀ ਹੈ ਜੀ, ਵੀ ਇਹ ਅਸੀਂ ਕਹਿੰਦੇ ਹਾਂ ਕਿ ਵਾਰਸ ਦੀ ਹੀਰ ਦੇ ਵਿੱਚ ਨਾ ਲੋਕਾਂ ਨੇ ਆਪਣੇ ਸ਼ੇਰ ਮਲਾਤਿਆ, ਲੱਗਦੀ ਲੱਗੜ ਲਾਤੀ, ਧੁੰਨ ਦਿੱਤਾ ਹੈਗਾ ਜੀ ਜੀ। ਜੇ ਸਾਨੂੰ ਸਾਡੇ ਦਰਸ਼ਕਾਂ ਦੇ ਮਨਾਂ ਵਿੱਚ ਵੀ ਸਵਾਲ ਆਇਆ ਹੋਊਗਾ, ਹਾਂ ਅਸੀਂ ਤਾਂ ਹੀਰ ਵਾਰਸ ਦੀ ਸਮਝ ਕੇ ਪੜ੍ਹੀ ਜਾ ਰਹੇ ਹਾਂ, ਕੋਈ ਕੁਝ ਮਿਸਾਲਾਂ ਦਿਓ ਵੀ ਜਿਹਦੇ ਵਿੱਚ ਪਤਾ ਲੱਗੇ ਕਿ ਇਹ ਸ਼ੇਰ ਤਾਂ ਵਾਰਸ ਦਾ ਹੈ, ਬੈਂਤ ਵਾਰਸ ਦਾ, ਇਹ ਬੈਂਤ ਵਾਰਸ ਦਾ ਨਹੀਂ ਹੈ। ਬੜੀ ਸਾਰੀਆਂ ਉਹ 'ਚੋਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਤੁਸੀਂ ਫਿਲਮਾਂ ਦੇ ਵਿੱਚ ਵੀ ਜਾਂ ਮੁਖਤਲਿਫ ਡਿਫਰੈਂਟ ਐਸੇ ਜਗ੍ਹਾ 'ਤੇ ਹੀਰ ਗਾਉਣ ਵਾਲਿਆਂ ਕੋਲ ਇੱਕ ਬੰਦ ਸੁਣਿਆ ਹੋਣਾ ਕਿ ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਵੇ। ਇਹ ਵਾਰਸ ਸ਼ਾਹ ਦਾ ਨਹੀਂ ਹੈਗਾ, ਅੱਛਾ, ਮੀਆਂ ਹਦਾਇਤੁੱਲਾ ਦਾ ਹੈ। ਔਰ ਇਹ 1887 ਦੇ ਵਿੱਚ ਨਕਲ ਚੁਨੂ ਵੀ ਤੁਸੀਂ ਮੀਆਂ ਕਹਿ ਕੇ ਬੋਲਦੇ ਹੋ, ਉਹ ਬੇਸਿਕਲੀ ਸ਼ਾਇਰ ਸੀ, ਇਮਾਮ ਮਸਜਿਦ ਸੀ। ਮੈਂ ਇਸ ਲਈ ਮੀਆਂ ਕਹਿੰਦਾ ਕਿ ਉਹਨਾਂ ਦਾ ਜਿਹੜਾ ਨਾਂ ਮਾਰੂਫ ਸੀ, ਮਸ਼ਹੂਰ ਸੀ, ਮੈਂ ਉਹੀ ਨਾਂ ਲਵਾਂ, ਕੋਈ ਕਨਫਿਊਜ਼ਨ ਨਾ ਹੋਵੇ, ਠੀਕ ਹੈ, ਪਤਾ ਲੱਗੇ ਉਹੀ ਬੰਦਾ, ਉਹੀ ਬੰਦਾ ਹੈ। ਇਹ ਹਦਾਇਤੁੱਲਾ ਲਾਹੌਰੀ ਨੇ ਬੰਦ ਪਾਇਆ ਹੋਇਆ ਹੈ। ਅੱਛਾ, ਡੋਲੀ ਚੜ੍ਹਦੇ ਆ ਮਾਰੀਆਂ ਹੀਰ ਚੀਕਾਂ, ਸਾਡੇ ਬੜੇ ਸਾਰੇ ਲੋਕ ਪੜ੍ਹਦੇ ਨੇ। ਮੈਂ ਕਈਆਂ ਡਰਾਮਿਆਂ 'ਚ ਇਹ ਵਾਰਸ ਦਾ ਹੈ ਹੀ ਨਹੀਂ, ਇਹ ਵਾਰਸ ਦਾ ਸਿਰੇ ਤੋਂ ਹੈ ਹੀ ਨਹੀਂ। ਅਸੀਂ ਤਾਂ ਬਹੁਤ ਇਹਦੇ 'ਤੇ ਰਿਕਾਰਡ ਹੋ ਚੁੱਕਾ, ਫਿਲਮਾਂ 'ਚ ਵੀ, ਪਤਾ ਨਹੀਂ ਕਿੰਨੇ ਗਾਇਕਾਂ ਨੇ ਗਾਇਆ ਹੈਗਾ। ਇਹ ਪਿਛਲੇ ਦਿਨੀ ਲਓ ਸੁਣ ਲਓ, ਸਾਰੇ ਇਸ਼ਕ ਦਾ ਵਾਰਸ ਜਿਹੜਾ ਹੈ ਉਹ ਗੁਰਦਾਸ ਮਾਨ ਦੀ ਫਿਲਮ ਸਾਹਮਣੇ ਆਈ, ਔਰ ਉਹਦੇ ਵਿੱਚ 70% ਹੀ ਜਿਹੜੇ ਮਿਸਰੇ ਉਹਨਾਂ ਨੇ ਬੋਲੇ ਨੇ, 70% ਉਹ ਵਾਰਸ ਸ਼ਾਹ ਦੇ ਨਹੀਂ ਹੈਗੇ, ਉਹਦੇ ਸਾਰੇ ਸਬੂਤ ਇਸ ਕਿਤਾਬ ਦੇ ਵਿੱਚ ਮੌਜੂਦ ਨੇ। ਓਏ ਹੋਏ ਹੋਏ, 30% ਮਿਸਰੇ ਜਿਹੜੇ ਨੇ ਉਹ ਵਾਰਸ ਸ਼ਾਹ ਦੇ ਨੇ, 70% ਮਿਸਰੇ ਹੀ ਵਾਰਸ ਸ਼ਾਹ ਦੇ ਨੇ। ਸ਼ਾਹ ਸਾਹਿਬ, ਤੁਹਾਡੇ ਇਹਦੇ ਨਾਲ ਨਾਲ ਮਿਲਾਵਟਕਾਰਾਂ ਨੇ ਇੰਨੀ ਭਰਵੀਂ ਮਿਲਾਵਟ ਕੀਤੀ ਹੈ, ਉਹ ਤੁਸੀਂ ਇੱਕ ਆਮ ਬੰਦ ਸੁਣਦੇ ਹੋਵੇਗੇ ਰਾਸਤਾਰੀਆਂ ਕੋਲੋਂ, ਮੁਖਤਲਿਫ ਗਾਉਣ ਵਾਲਿਆਂ ਕੋਲੋਂ, ਪਵੇ ਕੈਰ ਖੁਦਾ ਦਾ ਝੂਠਿਆਂ 'ਤੇ, ਲਾਣਤ ਰੱਬ ਦੀ ਹੈ ਕਾਜ਼ੇ ਬੀਨ ਕਾਜ਼ੀ। ਕਾਜ਼ੀ ਦਾ ਜਿਸਲੇ ਹੀਰ ਦਾ ਕਾਜ਼ੀ ਨਾਲ ਝਗੜਾ ਹੁੰਦਾ ਨਿਕਾਹ ਦੇ ਵੇਲੇ, ਇਹ ਉਸ ਮੌਕੇ ਦਾ ਮਿਸਰਾ ਹੈ। ਪਵੇ ਕਹਿਰ ਖੁਦਾ ਦਾ ਝੂਠਿਆਂ 'ਤੇ, ਲਾਣਤ ਰੱਬ ਦੀ ਹੈ ਕਾਜ਼ੇ ਬੀਨ ਕਾਜ਼ੀ। ਇਹ ਜਿਹੜੀ ਰਦੀਫ ਹੈ ਕਾਜ਼ੇ ਬੀਨ ਕਾਜ਼ੀ, ਆ ਮੀਨ ਕਾਜ਼ੀ, ਇਸ ਰਦੀਫ ਦੇ ਵਿੱਚ ਵਾਰਸ ਸ਼ਾਹ ਨੇ ਇੱਕ ਲਾਈਨ ਵੀ ਨਹੀਂ ਆਖੀ। ਮਿਲਾਵਟਕਾਰਾਂ ਨੇ ਇਹਦੇ ਵਿੱਚ 207 ਲਾਈਨਾਂ ਆਖੀਆਂ ਨੇ, ਅਤੇ ਵਾਰਸ ਸ਼ਾਹ ਦੀ ਇਸ ਹਵਾਲੇ ਨਾਲ ਇੱਕ ਲਾਈਨ ਵੀ ਨਹੀਂ। ਮਿਲਾਵਟ ਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਇਹ ਕਿ ਦੁੱਧ ਦੇ ਵਿੱਚ ਪਾਣੀ ਕਿੰਨਾ ਹੈ, ਦੁੱਧ ਜਿਹੜਾ ਉਹ ਇੱਕ ਪਾਣੀ ਵਿੱਚ ਦੁੱਧ ਲੱਗਣ ਡਿਆ ਜੀ, ਪਾਣੀ ਦੇ ਵਿੱਚ ਦੁੱਧ ਲੱਗਣ ਡਿਆ। ਅੱਛਾ, ਇਹ ਮੈਨੂੰ ਇੱਕ ਸਵਾਲ ਤੋਂ ਸਵਾਲ, ਜ਼ਾਹਿਰ ਸਾਹਿਬ ਵੈਸੇ ਤੁਹਾਨੂੰ ਕੀਤਾ ਨਹੀਂ ਜਾਣਾ ਚਾਹੀਦਾ, ਪਰ ਮੈਂ ਫਿਰ ਵੀ ਤੁਹਾਨੂੰ ਕਰ ਰਿਹਾ। ਇਹ ਸਾਡੇ ਪੰਜਾਬ ਵਿੱਚ ਸਾਡੇ ਇਹ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਹੀਰ ਪੜ੍ਹਾਈ ਜਾਂਦੀ ਹੈ ਜੀ ਜੀ, ਅਤੇ ਹੀਰ 'ਤੇ ਲੋਕ PhDs ਕਰੀ ਜਾ ਰਹੇ ਆ ਜੀ, ਬਹੁਤ ਸਾਰੀਆਂ ਡਿਗਰੀਆਂ, ਡਾਕਟਰੇਟ ਹੋ ਰਹੀ ਹੈ, ਬਹੁਤ ਸਾਰੀਆਂ MPhils ਹੋ ਰਹੀਆਂ ਹੈ ਜੀ, ਅਤੇ ਖੋਜ ਕਹਿੰਦੇ ਅਸੀਂ ਕਰ ਰਹੇ, ਖੋਜ ਦੇ ਨਾਂ 'ਤੇ ਖੋਜੀਆਂ ਨੂੰ ਕੱਖ ਪਤਾ ਨਹੀਂ ਲੱਗਿਆ ਕਿ ਇਹ ਹੀਰ ਜਾਰੀ ਹੈ, ਹੀਰ ਦੇ ਵਿੱਚ ਮਿਲਾਵਟ ਕੀਤੀ ਹੈ। ਖੋਜੀਆਂ ਇਹ ਕੰਮ ਉਹਨਾਂ ਦਾ ਨਹੀਂ ਸੀਗਾ ਕਿ ਇਸ ਗੱਲ 'ਤੇ ਖੋਜ ਕਰਦੇ? ਅਸਲ 'ਤੇ ਜੀ, ਖੋਜੀਆਂ ਤੋਂ ਪਹਿਲੇ ਜਿਹੜੇ ਖੋਜ ਕਰਾਉਣ ਵਾਲੇ ਨੇ, ਜੇ ਉਹਨਾਂ ਨੂੰ ਪਤਾ ਹੋਵੇ ਅਤੇ ਫਿਰ ਹੀ ਉਹ ਖੋਜ ਕਰਾਉਣਗੇ ਨਾ। ਉਹਨਾਂ ਦੀ ਇਹ ਪੋਜੀਸ਼ਨ ਹੈ ਕਿ ਉਹਨਾਂ ਨੂੰ ਖੁਦ ਕੋਈ ਪਤਾ ਨਹੀਂ, ਸਿਰਫ ਪੰਜ ਲਾਈਨਾਂ ਜਿਹੜੀਆਂ ਨੇ ਉਹ ਪੁਆਇੰਟ ਆਊਟ ਕੀਤੀਆਂ ਨੇ ਇੱਕ ਬੰਦੇ ਨੇ,
अपने एक आर्टिकल दे जिहड़ा 70 साल पहले छपिया किहड़े बंदे ने जी वह अफजल खान है अच्छा ए के लखनपाल वह मौला बख्श कुश्ता अमृतसरी होंदे सन उन्होंने बेटे सन वह मौला बख्श कुश्ता अमृतसरी उन्होंने बेटे सन अफजल खान उन्होंने पांच लाइन पॉइंट आउट कीतियां कि यह पांच बंद जड़े ने यह गैर वारसी ने वारस शाह दे नहीं नतीजा यह होया कि 70 साल हो गए ने जदों को बंदा वारस उत्ते मिलावट के हवाले नाल हीर वारस शाह दे विच जाली कलाम के हवाले नाल गल करता है जिड्डा वड्डा मर्जी विद्वान होवे वह उन्हां पंजां लाइनां नूं कोट करेगा पंजां तों छेवीं लाइन मैं हुण तक किसी किताब च नहीं पढ़ी जे किरे है तो कोई मैनूं दिखा सकदा मेरे को टोटल तौर पर किताबां गुरमुखी दियां शाहमुखी दियां सारियां मौजूद ने जिथों मैनूं यह सुझाव होया है कि सारिया बंदियां ने हुण तक खुद खोज के एक छेवीं लाइन लिखण की कोशिश नहीं की कि आह भी वारस शाह जब असीं कहने कि टेरां कलाम जिहड़ा वह हीर दे विच शामिल होया है तो टेरां कलाम दे विचों डिफरेंट तरह दियां एग्जाम्पल भी दिते जा सकते ना लेकिन ऐसा नहीं होया जिथों यह नतीजा निकलिया कि जिहड़े वड्डे वड्डे लोग ने जिहड़े PhD वारस शाह ते करा रहे ने उन्हां ते खुद कोई पता नहीं अच्छा हुण तुसीं इन्ना काम कर लिया तुसीं उह रला लभ लिया तो जिदा अगे लिखा जाता सी वारस की असली तो वड्डी हीर हुण तुसीं इदां दी कोई किताब छाप दिओ वारस की असली तो नकली हीर वड्डी तो नकली हीर भाई आ रला है जिहड़ा वारस का जिहड़ा नकली करके रला तो वेखो ना जी मैं इस किताब का मुखड़ा ही इंजदा रखा है कि हीर वारस शाह विच मिलावटी शेरां दा वेरवा हीर वारस शाह विच जिहड़ा मिलावटी कलाम गया उहदा वेरवा कर दिता है नहीं वखरा कढ के वखरा छपवा दिओ ना वी आ सारे मिलावटी है जी इह मिलावटी छपिया तुहाडे सामने मौजूद है अच्छा अच्छा हुण इस तों अगला जिहड़ा मेरा प्रोजेक्ट है उह हीर वारस शाह है वखरी कढ के छपनी वखरी किताब है कि इह नरोल मतन नरोल हीर वारस शाह नरोल हीर जिहड़ा टैक्सट मतन है मैं उहदे ते कम कर रहा वां उहदे हवाले नाल मैं कोई 30 तों उपर जिहड़े कलमी खड़े ने वह मैं सारे कट्ठे किए ने गुरमुखी दे मैं यही गल थोड़े को जाननी चाहता सी भी थोड़ा अगला प्रोग्राम की है वा हुण तुसीं दस दिता इस तो पहला कि ये इंटरव्यू खत्म करिए मैं चाहागा कुछ गल्लां इहो जिहियां हुंदियां जिहड़ियां बंदा पुछ नहीं सकता तो कुछ गल्लां इहो जिहियां हुंदियां तो बंदा दसणियां चाहुंदा हुंदा कोई संदेश कोई सुनेहा साडे दर्शकां नूं देना चाहो देखो जी जिथों तक मजहबां दे अंदर इंतहा पसंदी दे हवाले नाल मैं गल करां तो यही एशिया जिहदे अंदर मुसलमान ईसाई हिंदू सिख यहूदी डिफरेंट तरह के कोई 8 मजहबों के लोग रह रहे हैं बड़े अमन नाल शांति नाल बाबा फरीद साहब का मैसेज है गुरु नानक देव जी का मैसेज है या दूसरे जिहड़े ने उन्हां लोकां दा मैसेज वड्डे जिहड़े लोग ने उन्हां सारयां दा और सारयां नूं प्यार दित्ता उन्होंने और उन्होंने ये जिहड़े तफरीकां ने ये जिहड़े पाड़े पए ने जिहड़े अज मुसीबतां पईयां ने इन्हां तों कढ के इंसानां नूं इक मुहब्बत का पैगाम दित्ता है और ऐसिया रोशनियां छड़ गए ने साढ़े लिए और लेकिन असी उन्होंने रोशनी उनके मगर चली गए बिल्कुल सही है जाहिद साहब कोई भी धर्म माड़ा नहीं कोई भी मजहब माड़ा नहीं असी इस्तेमाल होर तरह करते हैं असी कट्टड़ हो जाने हैं असी जे कही जियो तो जीण दो अपना मजहब भी पालो दूजे दूजे का मजहब भी पालन दो असल में तो निशाना एको ही है रस्ते अलग अलग ने जाहिद साहब रब थानू होर लंबी उम्र देवे तुसी इस मुआशरे लिए समाज लिए सोसाइटी लिए लोगों लिए तो साहित्य लिए अदब लिए इन्ना वधिया काम कर रहे हो बड़े भुलेखे कढ़े तुसी असी भी हुण तक भुलेखिया भी सी तुहाडे नाल गलबात करन तों पहलां रब करे तुहाडे जिहड़े इरादे आ पूरे होण ते तुसी सानू नरोल हीर वारस शाह जिहड़ी उह पढ़ावो ते इह बहुत वड्डी देण होगी तुहाडी ते असी चाहुंदे हां कि परमात्मा तुहानू एक काम करने का होर बल बख्शे तो तुम कम सिरे चढ़ाओ थोड़ा इतने आने लिए बहुत बहुत धन्यवाद थैंक यू जनाब बहुत मेहरबान थैंक यू थोड़े इन ख्याल असं चाहते हैं कि दुनिया के हर मनुख का यह ख्याल बन जाए दुनिया के उत्ते किसी ना कोई रंजो मलाल ना रहे दुनिया का कोई मजहब जड़ा है वो लड़ाई का कारण ना बने असी स्पिरिचुअल होने का मीनिंग भी समझिए तो असी रिलीजियस या धार्मिक होने का या मजहबी होने का मीनिंग भी समझिए ਇਹ ਕੱਟੜਤਾ ਲਈ ਕੋਈ ਥਾਂ ਨਾ ਰਹੇ ਜਿਵੇਂ ਇਹਨਾਂ ਨੇ ਜ਼ਾਹਿਦ ਇਕਬਾਲ ਜੀ ਨੇ ਫਰਮਾਇਆ ਹੈਗਾ ਬਾਕੀ ਜਿਹੜਾ ਇਹਨਾਂ ਨੇ ਕੰਮ ਕੀਤਾ ਇਹਦੇ ਵੱਲ ਵੀ ਤੁਹਾਨੂੰ ਗੌਰ ਕਰਨ ਦੀ ਲੋੜ ਹੈ ਕਿ ਅੱਗੇ ਤੱਕ ਜਿਹੜੇ ਮੁਗਲ ਤੇ ਰਹਿੰਦੇ ਰਹੇ ਆ ਹੀਰ ਵਾਰਿਸ ਬਾਰੇ ਜਾਂ ਵਾਰਿਸ ਸ਼ਾਹ ਦੇ ਕਲਾਮ ਬਾਰੇ ਉਹ ਇਹਨਾਂ ਨੇ ਦੂਰ ਕੀਤੇ ਆ ਅਤੇ ਇੱਦਾਂ ਹੀ ਹੋਰ ਮੁਗਲ ਤੇ ਹੋਰ ਭੁਲੇਖੇ ਵੀ ਦੂਰ ਹੁੰਦੇ ਰਹਿਣ ਜ਼ਾਹਿਦ ਇਕਬਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜਨਾਬ ਹਾਂਜੀ ਤੁਹਾਡਾ ਧੰਨਵਾਦੀ ਹਾਂ ਜੀ ਬੜਾ ਤੁਸੀਂ ਇੱਥੇ ਆਏ ਨੂੰ ਵੈਲਕਮ ਆਖਿਆ ਸਾਨੂੰ ਦੋਸਤਾਂ ਨਾਲ ਮੁਤਾਰਫ ਕਰਵਾਇਆ ਉਹਨਾਂ ਨਾਲ ਗੱਲਬਾਤ ਕਰਨ ਦਾ ਸਾਡੀ ਗੱਲਬਾਤ
अगे भेजण दा तुसीं प्रबंध कीता है, इसलिए असीं बड़ा थैंक यू करने तुहाडा। साहिबान, आज बसाती का दिन है। पोजीशन लूज।